देखो इस तरह के जो शेरे पंजाब महाराजा रणजीत सिंह जी दे पाए हुए पूरने ने जो उन्हों का गवर्नेंस मॉडल सीगा जो उन्हों की दलेरी सी जिस तरीके ना उन्होंने पंजाब नू पंजाबियों नू और सिख रूल स्थापित किया मैं समझना कि हिस्टरी दे विच गोल्डन अक्षरां दे विच लिखा गया और अज उन्हां दे ही पाए हुए पूरनियां दे उपर चल के सब नू एक बराबर देखो सब नू उन्हां दा हक सब नू इंसाफ मिले सर्वपक्षी विकास होवे उन्हां दे ही पाए हुए पूरनियां दे उपर चलदे हुए पंजाब दे विच मानयोग भगवंत मान जी की सरकार वो दिन रात लगी हुई है सर्वपक्षी विकास है जिहड़ा वो चल रहा है पिंडों पिंड जाके सरकार अफसर सियासी लोग वो जाके लोगों के काम ने जोड़े वो हो रहे हैं और मैं समझदा कि जे तुसी जिहड़ा तुहाडा सवाल है ना जी उहदे विच क्योंकि महाराजा रणजीत सिंह दा दे दियां पैड़ां इन्नियां डूंघियां इन्नियां मजबूत इन्नियां पवित्र ने इन्ना विशाल काए उन्हां दा गवर्नेंस मॉडल सीगा उन्हां नूं किसी भी अक्षरां दे विच समेटना बड़ा मुश्किल है सो मैं तो सिर्फ और सिर्फ यही कहूँगा इस मौके पर कि उन्होंने पाए हुए पूरे उपर असी चल रहे हैं जो समाज में जिन्नियां कुरीतियां ने जिन्नियां अलामतां ने जिन्ने ईवल्स ने चाहे वह करप्शन दे ने चाहे वह वैर विरोध दे ने चाहे वह समाज दे विच वधदे पाड़े दे ने चाहे वह धीआं भैणां नाल हुंदे धक्कियां दे ने उन्हां सारे नूं खत्म करके पंजाब नूं असी मुड़ दुबारा ਪੰਜਾਬ ਬਣਾਉਣ ਦਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣਾਉਣ ਦੇ ਕਾਰਨ ਦੇ ਕੰਮ ਦੇ ਵਿੱਚ ਲੱਗੇ ਹੋਏ ਆ। ਅਮਨ ਜੀ ਕਿਵੇਂ ਦੇਖਦੇ ਜਿਹੜੀ ਗੋਆ ਦੇ ਵਿੱਚ ਪੰਜਾਬ ਸਰਕਾਰ ਦੀ ਪ੍ਰਾਪਰਟੀ ਲੀਜ਼ ਤੇ ਦਿੱਤੀ ਗਈ ਸੀ ਉਹਨੂੰ ਲੀਜ਼ ਨੂੰ ਕੈਨਸਲ ਕਰ ਦਿੱਤਾ ਗਿਆ ਕਿਵੇਂ ਦੇਖਦੇ ਕਾਂਗਰਸ ਸਰਕਾਰ ਨੇ ਸਸਤੇ ਰੇਟਾਂ ਤੇ ਹਾਂ ਆਹੀ ਚੀਜ਼ ਹੈ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਤੁਹਾਡਾ ਸਵਾਲ ਵੀ ਉਸੇ ਗੱਲ ਦੇ ਵਿੱਚ ਉਹਦਾ ਜਵਾਬ ਵੀ ਮਿਲ ਜਾਂਦਾ ਹੈ ਕਿਉਂਕਿ ਜੋ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਪੰਜਾਬ ਦੇ ਸੋਮਿਆਂ ਨੂੰ ਲੁੱਟਿਆ ਤੇ ਲੁਟਾਇਆ ਉਹਨਾਂ ਨੂੰ ਹੀ ਹੁਣ ਰਿਕਵਰ ਕਰਨ ਦਾ ਰਿਟਰੀਵ ਕਰਨ ਦਾ ਵਾਪਸ ਲੈ ਕੇ ਲੋਕਾਂ ਨੂੰ ਸਮਰਪਿਤ ਕਰਨ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਗੋਆ ਦੇ ਵਿੱਚ ਸ਼ਾਇਦ ਆ ਹੁਣ ਦੀ ਸਰਕਾਰ ਤੋਂ ਪਹਿਲਾਂ ਜਦੋਂ ਮਾਨ ਸਾਹਿਬ ਨੇ ਉਦਮ ਚੱਕਿਆ ਉਹ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਪੱਤਰਕਾਰਾਂ ਨੂੰ ਜਿਹੜਾ ਕਿ ਜਾਗਰੂਕ ਤਬਕਾ ਸਮਾਜ ਦਾ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇਹੋ ਜਿਹੀਆਂ ਕੌਡੀਆਂ ਦੇ ਭਾਵ ਪੰਜਾਬ ਦੀਆਂ ਜ਼ਮੀਨਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਲਟਾਈਆਂ ਜਾ ਰਹੀਆਂ ਨੇ ਹੁਣ ਉਹਨੂੰ ਵਾਪਸ ਲੈ ਕੇ ਪੰਜਾਬ ਨੂੰ ਸੌਂਪਿਆ ਜਾ ਰਿਹਾ ਹੈ। ਇਸੇ ਤਰੀਕੇ ਨਾਲ ਜੇ ਆਪਾਂ ਸਪੋਜ਼ ਜਿਹੜਾ ਜੋ ਗਵਾਵਾ ਜੋ ਅਮਰੂਦਾਂ ਦੇ ਬਾਗਾਂ ਦਾ ਉਹ ਤਕਰੀਬਨ 125 ਕਰੋੜ ਦੇ ਕਰੀਬ ਘਪਲਾ ਹੋ ਗਿਆ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਉਹਨਾਂ ਲੋਕਾਂ ਤੋਂ 15% ਵਿਆਜ ਦੇ ਨਾਲ ਪੈਸਾ ਰਿਕਵਰ ਕੀਤਾ ਜਾ ਰਿਹਾ। ਆਹੀ ਮਾਨ ਸਾਹਿਬ ਆਹੀ ਕੇਜਰੀਵਾਲ ਸਾਹਿਬ ਅਤੇ ਆਹੀ ਅਸੀਂ ਲੋਕ ਜਾ ਕੇ ਚੋਣਾਂ ਦੇ ਸਮੇਂ ਦੌਰਾਨ ਕਹਿੰਦੇ ਸੀ ਕਿ ਜੋ ਲੁੱਟਾਂ ਘਸੁੱਟਾਂ ਪਹਿਲਾਂ ਹੋਈਆਂ ਨੇ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਦੇ ਹਲਕਾਂ ਦੇ ਵਿੱਚ ਹੱਥ ਪਾ ਕੇ ਉਹ ਪੈਸਾ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ। ਕਿਸਾਨਾਂ ਦੀ ਮੂੰਗੀ ਦੀ ਫਸਲ ਐਮ ਐਸ ਪੀ ਦੇ ਉੱਪਰ ਨਹੀਂ ਵਿਕ ਰਹੀ, ਪ੍ਰਾਈਵੇਟ ਤੌਰ ਤੇ ਉਹਨਾਂ ਨੂੰ ਸਸਤੀ ਵੇਚਣੀ ਪੈ ਰਹੀ ਹੈ। ਦੇਖੋ ਹਾਂ ਦੇਖੋ ਗੱਲ ਤੁਹਾਡੀ ਮੈਂ ਸਹਿਮਤ ਹਾਂ, ਪਰ ਜਿਹੜਾ ਐਮ ਐਸ ਪੀ ਹੈ ਨਾ ਜੀ, ਐਮ ਐਸ ਪੀ ਸੈਂਟਰ ਸਰਕਾਰ ਹੀ ਫਿਕਸ ਕਰਦੀ ਹੈ, ਸੈਂਟਰ ਸਰਕਾਰ ਨੇ ਹੀ ਪਰਚੇਜ਼ ਕਰਨੀ ਹੁੰਦੀ ਹੈ। ਇਹਦੇ ਵਿੱਚ ਇਹ ਇਸ਼ੂ ਹੈ ਜਿਹੜਾ ਇਹ ਪਿਛਲੀ ਵਾਰ ਵੀ ਕਾਫੀ ਹੱਦ ਤੱਕ ਚਲੋ ਪੰਜਾਬ ਸਰਕਾਰ ਨੇ ਐਡਰੈਸ ਕਰ ਲਿਆ ਸੀਗਾ, ਹੁਣ ਵੀ ਮਾਨ ਸਾਹਿਬ ਇਹਦੇ ਉੱਪਰ ਲੱਗੇ ਹੋਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹਨਾਂ ਵੱਲੋਂ ਕੋਈ ਨਾ ਕੋਈ ਕਿਸਾਨ ਤੇ ਪੰਜਾਬ ਹਿਤੈਸ਼ੀ ਫੈਸਲਾ ਇਹਦੇ ਬਾਰੇ ਵੀ ਲਿਆ ਜਾਊਗਾ। ਅਮਨ ਜੀ, ਵਰਲਡ ਕੱਪ ਦਾ ਮੈਚ ਜਿਹੜਾ ਪੰਜਾਬ 'ਚ ਨਹੀਂ ਹੋ ਰਿਹਾ ਹੈਗਾ ਤੇ ਦੇਖੋ ਇਹੀ ਤਾਂ ਦੁਖਾਂਤ ਹੈ ਨਾ ਜੀ ਕਿ ਅੱਜ ਜਿੱਥੇ ਪੰਜਾਬ ਦੇ ਵਿੱਚ ਮੁੜ ਦੁਬਾਰਾ ਖੇਡਾਂ ਵਤਨ ਪੰਜਾਬ ਦੀਆਂ ਮਾਨ ਸਾਹਿਬ ਨੇ ਸ਼ੁਰੂ ਕੀਤਾ, 3 ਲੱਖ ਖਿਡਾਰੀਆਂ ਨੇ ਪਾਰਟਿਸਪੇਟ ਕੀਤਾ, ਪੰਜਾਬ ਹਰ ਖੇਡ ਦੇ ਵਿੱਚ ਮੋਹਰੀ ਹੋ ਕੇ ਖੇਡਦਾ ਰਿਹਾ, ਪਰ ਪੰਜਾਬ ਦੇ ਨਾਲ ਮਤਰੇਈ ਮਾਲਾ ਸਲੂਕ ਕਰਨ ਦਾ ਜੋ ਸੈਂਟਰ ਸਰਕਾਰਾਂ ਦਾ ਰਵੱਈਆ ਰਿਹਾ, ਚਾਹੇ ਪਹਿਲਾਂ UP ਦੀ ਸੀ ਅਤੇ ਹੁਣ ਤਾਂ ਹੱਦਾਂ ਹੀ ਬੰਨੀ ਟੱਪੇ ਪਏ ਨੇ BJP ਦੇ ਰਾਜ ਦੇ ਵਿੱਚ ਕਿ ਧੱਕਾ ਹੋ ਰਿਹਾ। ਦੱਸੋ ਆਪਾਂ ਉਹ ਕਹਿੰਦੇ ਸਪੋਰਟਸਮੈਨ ਸਪਿਰਿਟ, ਅਤੇ ਸਪੋਰਟਸਮੈਨ ਸਪਿਰਿਟ ਦੇ ਨਾਲ ਸੈਂਟਰ ਸਰਕਾਰ ਖੇਡ ਨਹੀਂ ਰਹੀ ਹੈ, ਜਿਹੜਾ ਕਿ ਅਨਫੋਰਚੁਨੇਟ ਹੈ। ਇਹਦਾ ਸਖ਼ਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ।